Domino's Comedy House, brought to you by Domino's Pizza. Domino's everyday value starting at just ₹99. Powered by Pure Roots Herbals. Pure Roots Protein Shampoo, jisse baal bane mazboot, sundar aur ghane. ਇੱਕ ਵਾਰ ਤੁਹਾਡੀਆਂ ਜ਼ੋਰਦਾਰ ਤਾੜੀਆਂ 'ਚ ਬੁਲਾਉਣਾ ਚਾਹਾਂਗਾ ਵਧਾਈਆਂ ਜੀ ਵਧਾਈਆਂ ਦੀ ਪੂਰੀ ਟੀਮ ਨੂੰ, ਬੀਨੂ ਭਾਜੀ, ਕਰਮਜੀਤ ਭਾਜੀ ਅਤੇ ਕਵਿਤਾ ਕੌਸ਼ਿਕ। ਬਹੁਤ ਬਹੁਤ ਸਵਾਗਤ ਹੈ ਬੀਨੂ ਭਾਜੀ, ਕਵਿਤਾ ਜੀ, ਤੁਹਾਡਾ ਸਾਡੇ ਸ਼ੋਅ ਡੋਮੀਨੋਸ ਕਾਮੇਡੀ ਹਾਊਸ ਦੇ ਵਿੱਚ। ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ। ਭਾਜੀ, ਤੁਸੀਂ ਤਾਂ ਐਡਾ ਸੋਹਣਾ ਭੰਗੜਾ ਪਾ ਲੈਂਦੇ ਹੋ, ਕਮਾਲ ਹੈ। ਮੈਂ ਸਾਰੀ ਉਮਰ ਭੰਗੜਾ ਹੀ ਪਾਇਆ ਭਾਜੀ, ਸਾਰੀ ਉਮਰ ਭੰਗੜਾ ਪਾਇਆ, ਹੁਣ ਤੁਸੀਂ ਪਰਸੋਂ ਪਾਉਣ ਦਿਓ ਸਾਰੀ ਦੁਨੀਆ 'ਚ। ਵਾਹਿਗੁਰੂ ਦੀ ਕਿਰਪਾ ਜੀ, ਥੈਂਕ ਯੂ ਸੋ ਮਚ। ਰਜੀਵ ਠਾਕੁਰ ਉਹਨਾਂ ਨੂੰ ਅਸੀਂ ਨੈਸ਼ਨਲ ਹੁੱਕ ਦੇ ਉੱਤੇ ਸਾਰੇ ਜਾਣੇ ਮਾਣਦੇ ਰਹੇ ਹਾਂ, ਅਤੇ ਬੜਾ ਸਤਿਕਾਰਤ ਫੀਲ ਕਰਦਾ ਮੈਂ ਇਹਨਾਂ ਦੇ ਸ਼ੋਅ ਦੇ ਵਿੱਚ ਆ ਕੇ। ਗੋਡ ਬਲੈਸ ਯੂ ਬ੍ਰਦਰ, ਬਹੁਤ ਸੋਹਣਾ ਭਾਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਜੀ, ਬਹੁਤ ਹੀ ਟੈਲੈਂਟਿਡ ਆਰਟਿਸਟ ਨੇ, ਸਾਰਿਆਂ ਨੇ ਇਹਨਾਂ ਨੂੰ ਦੇਖਿਆ ਹੋਊਗਾ ਹਰਿਆਣਵੀ ਪੁਲਿਸ ਦੇ ਕਿਰਦਾਰ ਦੇ ਵਿੱਚ, ਅਤੇ ਮੈਨੂੰ ਸੱਚੀ ਉਦੋਂ ਸੋ ਅਸੀਂ ਸੱਚੀ ਇਹਨੂੰ ਬੰਬੇ ਮਿਲਦੇ ਵੀ ਸੀ ਨਾ, ਤਾਂ ਇੱਦਾਂ ਲੱਗਦਾ ਵੀ ਇਹ ਡੰਡਾ ਦੀ ਜੇਬ 'ਚ ਹੈਗਾ, ਕਿਤੇ ਨਾ ਕਿਤੇ ਹੈਗਾ, ਇਹਨੇ ਕੱਢ ਲੈਣਾ ਆ। ਇੱਧਰ ਹੀ ਆ ਗਏ ਤੁਸੀਂ, ਦੇਖੋ ਜਿਨ੍ਹਾਂ ਨੇ ਪੈਸੇ ਖਰਚੇ ਆ ਉਹਨਾਂ ਨੂੰ ਮਾਰੋ, ਤੁਹਾਡੇ 'ਤੇ ਅਸੀਂ ਤਾਂ ਪੈਸੇ ਨਹੀਂ ਖਰਚੇ, ਅਸੀਂ ਕਿਉਂ ਖਾਈਏ। ਸੋ ਇੱਕ ਵਾਰ ਬਹੁਤ ਬਹੁਤ ਵਧਾਈਆਂ ਤੁਹਾਨੂੰ ਪਹਿਲਾਂ ਤਾਂ, ਕਿ ਫਿਲਮ ਪਰਮਾਤਮਾ ਦੀ ਦਇਆ ਨਾਲ ਬਹੁਤ ਹੀ ਵਧੀਆ ਚੱਲ ਰਹੀ ਹੈ, ਔਰ ਜਿਨ੍ਹਾਂ ਦੇ ਹਾਸੇ ਤੁਸੀਂ ਪਾ ਲੈਂਦੇ ਹੋ ਨਾ, ਉਹ ਤੋਂ ਵੱਧ ਪਾਈ ਜਾ ਰਹੇ ਹੋ ਹਰ ਫਿਲਮ 'ਚ। ਥੈਂਕ ਯੂ ਸੋ ਮਚ ਬ੍ਰਦਰ, ਥੈਂਕ ਯੂ। ਅਤੇ ਤੁਸੀਂ ਸਾਰੇ ਜਾਣਿਆਂ ਨੇ ਸਾਡੀ ਇਸ ਫਿਲਮ ਵਧਾਈਆਂ ਜੀ, ਵਧਾਈਆਂ ਨੂੰ ਬੜਾ ਮਾਣ ਦਿੱਤਾ, ਬੜਾ ਪਿਆਰ ਦਿੱਤਾ, ਔਰ ਬੜਾ ਤੁਸੀਂ ਇੰਜੋਏ ਕੀਤਾ ਇਸ ਫਿਲਮ ਦੇ ਵਿੱਚ ਬੈਠ ਕੇ, ਔਰ ਇੰਨੀ ਵਧੀਆ ਓਪਨਿੰਗ ਲਗਾਈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤਾਂ ਕੋਈ ਵੀ ਅਦਾਕਾਰ, ਕੋਈ ਕਲਾਕਾਰ ਜਾਂ ਕੋਈ ਵੀ ਸਿੰਗਰ, ਜਿੱਥੇ ਆ ਪਦਵੀਆਂ ਸਾਨੂੰ ਬਖਸ਼ੀਆਂ ਹੋਈਆਂ ਤੁਹਾਡੇ ਕਰਕੇ, ਜੋ ਤੁਸੀਂ ਤਾੜੀਆਂ ਮਾਰਦੇ ਹੋ ਤਾਂ ਸਾਨੂੰ ਇਹ ਸਟੇਜ ਨਸੀਬ ਹੁੰਦਾ। ਸੋ ਜੇ ਆਉਂਦੇ ਰਹੋ, ਪਰਮਾਤਮਾ ਤੁਹਾਨੂੰ ਚੜ੍ਹਦੇ। ਭਾਜੀ, ਅਗਲੀਆਂ ਗੱਲਾਂ ਬਾਤਾਂ ਬਹਿ ਕੇ ਕਰ ਲਈਏ ਆਪਾਂ? ਡੈਫੀਨੇਟਲੀ, ਚਲੋ ਆਓ ਬੈਠੋ। ਜੇ ਕੋਈ ਘਰੇ ਆਉਂਦਾ ਬਿਠਾਉਂਦੇ ਤਾਂ ਹੈਗੀ ਨਹੀਂ, ਮੈਂ ਕਿਹਾ ਸ਼ਾਇਦ ਆਹੀ ਰਿਵਾਜ ਨਹੀਂ। ਬੈਠੋ ਭਾਜੀ, ਅਗਲੀ ਤੁਹਾਡਾ ਮੂੰਹ ਨਾ ਵੇਖਣਾ ਚਾਹੁੰਦੀ ਹੋਵੇ। ਨਹੀਂ, ਮੈਂ ਕਿਹਾ ਸੀ, ਮੈਂ ਕਿਹਾ ਸ਼ੋਅ ਦੇ ਵਿੱਚ ਆਪਾਂ ਕੁਛ ਵੀ ਸ਼ੋਅ ਨਹੀਂ ਕਰਨਾ, ਦੁਕਾਨੇ ਵੱਲ ਕਰੋ। ਹਾਂ, ਓਕੇ ਭਾਜੀ, ਇਕੱਲੇ ਕਿਉਂ ਆਏ ਪਹਿਲੇ ਦੱਸੋ, ਜਦ ਅਸੀਂ ਪੂਰੀ ਟੀਮ ਦਾ। ਅਸੀਂ, ਮੈਂ ਇਕੱਲਾ ਨਹੀਂ ਆਇਆ, ਅਸੀਂ ਦੁਕੱਲੇ ਆਏ ਹਾਂ। ਹੁਣ ਦੁਕੱਲੇ ਆਏ? ਯੈਸ, ਦੋ ਜਾਣੇ। ਤੁਸੀਂ ਇੱਦਾਂ ਕਿਉਂ ਕਰਦੇ ਹੋ, ਮਤਲਬ ਆਪਣੀ ਟੀਮ ਨੂੰ ਕਿਤੇ ਹੀ ਛੱਡ ਆਉਂਦੇ ਹੋ? ਨਹੀਂ ਨਹੀਂ ਨਹੀਂ, ਟੀਮ ਐਕਚੁਅਲੀ ਸਾਰੀ ਬਹੁਤ ਬਿਜ਼ੀ ਹੈ ਆਪਣੀ ਆਪਣੀ, ਜਿਵੇਂ ਸਾਡੀ ਫਿਲਮ ਰਿਲੀਜ਼ ਹੋਈ ਹੈ। ਬਸ ਅਸੀਂ ਵੇਲੇ ਹਾਂ, ਅਸੀਂ ਦੋਵੇਂ ਵੇਲੇ। ਪਰ ਸਾਡੇ ਨਾਲ ਬਹੁਤ ਹੀ ਟੈਲੈਂਟਡ ਫਿਲਮਾਂ ਦੇ ਵਿੱਚ ਤਾਂ ਤੁਸੀਂ ਉਹਨਾਂ ਨੂੰ ਮਾਣਦੇ ਹੋ, ਉਹਨਾਂ ਦੀ ਹਰੇਕ ਕਰੈਕਟਰ ਉਹਨਾਂ ਦਾ ਇੰਜੋਏ ਕਰਦੇ ਹੋ, ਅਤੇ ਜਿੰਨੇ ਵਧੀਆ ਉਹ ਅਦਾਕਾਰ ਨੇ, ਉਦੋਂ ਕਿਤੇ ਜ਼ਿਆਦਾ ਵਧੀਆ ਸਿੰਗਰ ਨੇ, ਤੇ ਉਦੋਂ ਕਿਤੇ ਜ਼ਿਆਦਾ ਵਧੀਆ ਇਨਸਾਨ ਨੇ। ਮੇਰੀ ਮੁਰਾਦ ਜਾਣ ਦੀ, ਕਰਮਜੀਤ ਅਨਮੋਲ ਸਾਹਿਬ ਸਾਡੇ ਨਾਲ ਆਏ ਨੇ, ਜੇ ਤੁਸੀਂ ਕਿੱਥੇ ਨੇ, ਪਰ ਅੱਜ ਉਹਨਾਂ ਨੇ ਐਟੀਟਿਊਡ ਦਿਖਾਇਆ, ਕਹਿੰਦੇ ਮੈਨੂੰ ਮੇਰੀ ਐਂਟਰੀ ਥੋੜ੍ਹੀ ਜਿਹੀ ਵੱਖਰੀ ਹੋਣੀ ਚਾਹੀਦੀ ਹੈ, ਮੈਂ ਥੋੜ੍ਹਾ ਸਾ ਹਟ ਕੇ ਹੂੰ। ਅੱਛਾ, ਯੈਸ, ਤੁਹਾਡੀ MH ਬਣਦੀ, 1.25 ਕਿਲੋ ਬਰਫੀ ਮੰਗਾਤੀ ਉਹਨਾਂ ਨੇ। ਭਾਜੀ, ਇਹ ਪਹਿਲੇ ਦੱਸਣਾ ਸੀ, ਇਹ ਸਾਰੇ ਮੇਰੇ ਪੈਸੇ ਕੱਟੇ ਜਾਣੇ, ਫਟਾਫਟ ਬੁਲਾਓ। ਸੋ ਤੁਹਾਡੀਆਂ ਜ਼ੋਰਦਾਰ ਤਾਲੀਆਂ ਦੇ ਵਿੱਚ ਕਰਮਜੀਤ ਅਨਮੋਲ। Okay.
ਕਿਆ ਬਾਤ ਹੈ ਕਰਮਜੀਤ ਜੀ ਤੁਹਾਡਾ ਇਸ ਮੰਚ ਦੇ ਉੱਤੇ ਬਹੁਤ ਬਹੁਤ ਸਵਾਗਤ ਮੈਂ ਚੱਲ ਜਾਵਾਂ ਅੱਛਾ ਤੁਸੀਂ ਸਾਹਮ ਲਿਆ ਕੰਮ ਮੈਂ ਕਿਹਾ ਇਹ ਕਹਿਣਗੇ ਹੁਣ ਅੱਛਾ ਇਹ ਗੱਲ ਹੋ ਗਈ ਭਾਜੀ ਫਿਲਮਾਂ 'ਚ ਵੜਨ ਨਹੀਂ ਦਿੰਦੇ ਟੀਵੀ 'ਚ ਵੀ ਕੱਢ ਦਿਓ ਮੈਨੂੰ ਖੂਨ 'ਚੋਂ ਨਹੀਂ ਜਾਂਦੀ ਨਾ ਐਂਕਰਿੰਗ ਉਂਕਰਿੰਗ ਕਰਨਾ ਸਾਰਾ ਕਰ ਲਓ ਭਾਜੀ ਤੁਸੀਂ ਕਰ ਲਓ ਇੰਟਰਵਿਊ ਕੋਈ ਨਹੀਂ ਮੈਂ ਵੇਖ ਲੈਂਦਾ ਇੱਕ ਮਿੰਟ ਖੜੇ ਹੋ ਇੱਕ ਮਿੰਟ ਖੜੇ ਹੋ ਚੱਲ ਭਾਜੀ ਬਿਠਾਓ ਸਤਿਕਾਰ ਨਾਲ ਬਿਠਾਓ ਭਾਜੀ ਬੁਰਾ ਲੱਗਦਾ ਭਾਜੀ ਬੈਠੋ ਭਾਜੀ ਬੈਠੋ ਉਹ ਇਹ ਜੋੜੀ ਜਿਹੜੀ ਹੈ ਸਾਡੀ ਗੱਲ ਕਰ ਰਹੇ ਨੇ ਸਾਡੀ ਸਾਡੀ ਕਲੀਅਰ ਕਰਿਆ ਕਰੋ ਗੱਲ ਕਲੀਅਰ 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 ਹੋਏਗੀ ਕਲੀਅਰ ਇਹ ਜੋੜੀ ਇੱਧਰ ਹੈ ਐਕਚੁਲੀ ਇਹ ਮਹਿੰਗੀ ਜੋੜੀ ਹੈ ਜਦੋਂ ਦੋਨੇ ਖੜੇ ਹੁੰਦੇ ਐਂ ਲੱਗਦਾ ਜਿਵੇਂ ਘੜੀ 'ਤੇ ਇੱਕ ਵੱਜਿਆ ਹੋਵੇ ਨਹੀਂ ਨਹੀਂ ਪਤਾ ਕੀ ਇਹ ਹੈਗੀ ਮਹਿੰਗੀ ਜੋੜੀ ਸੋ ਇਹ ਇੰਡਸਟਰੀ ਨੂੰ ਇਕੱਠੇ ਹੁੰਦੀ ਨਹੀਂ ਵੀ ਜਾਂ ਤਾਂ ਫਿਰ ਕਵਿਤਾ ਲੈ ਲਓ ਅਤੇ ਜਾਂ ਫਿਰ ਰਾਜੀਵ ਲੈ ਲਓ ਬਿਲਕੁਲ ਨਹੀਂ ਐਗਜੈਕਟਲੀ ਐਗਜੈਕਟਲੀ ਜ਼ੋਰਦਾਰ ਤਾੜੀਆਂ ਮਾਰ ਦਿਓ ਯਾਰ ਰਾਜੀਵ ਜੀ ਵਾਸਤੇ ਔਰ ਰਾਜੀਵ ਜੀ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਵੀ ਤੁਹਾਡੀ ਇਹ ਖੁਆਇਸ਼ ਬਹੁਤ ਜਲਦ ਪੂਰੀ ਹੋਵੇ ਅਤੇ ਭਾਅ ਜੀ ਦੋ ਦੋ ਮੇਰੇ ਸਾਹਮਣੇ ਪ੍ਰੋਡਿਊਸਰ ਬੈਠੇ ਹੈ ਹੁਣ ਖੁਆਇਸ਼ ਰੱਬ ਨੇ ਤੇ ਦੇਖੋ ਜ਼ਰੀਆ ਹੀ ਬਣਾਉਣਾ ਹੁੰਦਾ ਆ ਤੇ ਜ਼ਰੀਏ ਜਦੋਂ ਸਾਹਮਣੇ ਹੁਣ ਰੱਬ ਨੇ ਜ਼ਰੀਆ ਬਣਾਈ ਹੋਈ ਹੈ ਜ਼ਰੀਆ ਸਾਡੀ ਫਾਊਂਡੇਸ਼ਨ ਹੈ ਪਰ ਜਿਹੜੇ ਤੁਸੀਂ ਪ੍ਰੋਡਿਊਸਰ ਕਹਿੰਦੇ ਹੋ ਜਿੰਨੇ ਕੁ ਪੈਸੇ ਕਮਾਏ ਸੀ ਉਹ ਇੱਕ ਫਿਲਮ ਬਣਾਈ ਸੀ ਉਹ 'ਚ ਸਾਰੀ ਲਾਤੇ ਕੋਈ ਨਹੀਂ ਵਧਾਈਆਂ ਜੀ ਵਧਾਈਆਂ ਜਿੱਦਾਂ ਚੱਲ ਰਹੀ ਹੈ ਜੀ ਉਹ ਪੈਸੇ ਇਕੱਠੇ ਕਰ ਰਹੀ ਹੈ ਤੁਹਾਡੇ ਬਾਈਲਰਸ ਦਾ ਗੁੱਸਾ ਉਹੀ ਕੱਢ ਰਹੀ ਹੈ ਅੱਛਾ ਭਾਅ ਜੀ ਨੇ ਪਹਿਲੀ ਫਿਲਮ ਐਜ਼ ਏ ਪ੍ਰੋਡਿਊਸਰ ਬਾਈਲਾਰਸ ਕਰਮਜੀਤ ਭਾਅ ਜੀ ਨੇ ਪਹਿਲੀ ਫਿਲਮ ਐਜ਼ ਏ ਪ੍ਰੋਡਿਊਸਰ ਲਾਵਾਂ ਫੇਰੇ ਅਤੇ ਤੁਸੀਂ ਦੋਵੇਂ ਜਦੋਂ ਮਤਲਬ ਭਗਵੰਤ ਮਾਨ ਜੀ ਦੇ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਕੋਮੇਡੀ ਕਰ ਰਹੇ ਨੇ ਕਵਿਤਾ ਹੈ ਸੋ ਆਪਸ 'ਚ ਸਲਾਹ ਨਹੀਂ ਸੀ ਕੀਤੀ ਕਿ ਮੈਂ ਸੀਰੀਅਸ ਫਿਲਮ ਬਣਾਉਣ ਲੱਗਾ ਹਾਂ ਮੈਂ ਸਾਰੀਆਂ ਸਲਾਹਾਂ ਇਹ ਤੋਂ ਲੈਣਾ ਇਹ ਕਹਿੰਦਾ ਖਿੱਚ ਕੇ ਰੱਖ ਸ਼ਾਬਾਸ਼ ਬਹੁਤ ਵਧੀਆ ਕਲਾਸਿਕ ਹੈ ਕੰਮ ਕਹਿੰਦਾ ਪੈਸੇ ਹੀ ਪੈਸਾ ਪੈਸੇ ਹੀ ਪੈਸਾ ਮੇਰਾ ਸਾਰਾ ਸੋਨਾ ਬਕਾ ਕੇ ਆਪ ਬਾਅਦ ਦੀ ਆਪਦੀ ਫਿਲਮ ਚਲਾ ਕੇ ਸੋਨਾ ਵੰਡਿਆ ਸਾਰਿਆਂ ਨੂੰ ਪਰ ਨਹੀਂ ਮੈਂ ਮਾਫ਼ੀ ਚਾਹਾਂਗਾ ਮਤਲਬ ਮੈਂ ਬਾਈਲਰਸ ਦੀ ਗੱਲ ਕਰ ਲਈ ਉਹਦੇ 'ਚ ਕੋਈ ਬੁਰਾ ਮੰਨਣ ਦੀ ਗੱਲ ਤਾਂ ਨਹੀਂ 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 ਇਟਸ ਓਕੇ ਯਾਰ ਸਾਰੇ ਇਹ ਆਪ ਕਰਦਾ ਮੈਨੂੰ ਨਹੀਂ ਪਤਾ ਕੀ ਚੱਕਰ ਹੈ ਜਿਹੜੀ ਐਕਚੁਅਲੀ ਜਿਹੜੀ ਕਮਰਸ਼ੀਅਲ ਥਿੰਗ ਹੈ ਨਾ ਉੱਥੇ ਜੇ ਤੁਸੀਂ ਪੂਰੇ ਉੱਤਰਦੇ ਹੋ ਜਦੋਂ ਗ੍ਰੋਸ ਕਰਦੀ ਹੈ ਤੁਹਾਨੂੰ ਪੈਸੇ ਆਉਂਦੇ ਨੇ ਫਿਰ ਉਹ ਸਾਰੀ ਸਕਸੈਸ ਹੁੰਦੀ ਹੈ ਸਾਰੀ ਉਹ ਫਿਲਮ ਵੱਡੀ ਬਣਦੀ ਹੈ ਨਾ ਤਾਂ ਉਹ ਨਹੀਂ ਜਿਹੜੀ ਬਾਈਲਰਸ ਮੇਰੀ ਫਿਲਮ ਸੀ ਉਸ ਆਪ ਸਭ ਨੂੰ ਬਹੁਤ ਜ਼ਿਆਦਾ ਪਸੰਦ ਨਹੀਂ ਆਈ ਐਕਚੁਅਲੀ ਸਭ ਨੇ ਨਾ ਘਰ ਪੇ ਕੇਬਲ ਪੇ ਔਰ ਡੀਵੀਡੀ ਪੇ ਦੇਖੀ ਹੈ ਉਹ ਫਿਲਮ ਔਰ ਸਭ ਕੋ ਪਸੰਦ ਆਈ ਹੈ ਯੈਸ ਦੇਖੋ ਇੱਥੋਂ ਪਤਾ ਲੱਗਦਾ ਆ ਕਿ ਪ੍ਰੋਡਿਊਸਰ ਨੇ ਇਹਨਾਂ ਨੂੰ ਪਿਛਲੀ ਫਿਲਮ ਦੀ ਪ੍ਰਮੋਸ਼ਨ ਦੇ ਵੀ ਪੈਸੇ ਦੇ ਦਿੱਤੇ ਆ ਚਲੋ ਮੇਰਾ ਤਾਂ ਇੱਕ ਪਹਿਲਾ ਜਿਹੜਾ ਕਿੱਥੇ ਚਲੋ ਭਾਜੀ ਤੁਸੀਂ ਮੈਨੂੰ ਬੋਲਣ ਦੇਣਾ ਕਿ ਮੈਂ ਮੂੰਹ ਤੋਂ ਉਂਗਲ ਰੱਖਾਂ ਪਤਾ ਕੀ ਇੱਕ ਤਾਂ ਸਟਰਗਲਿੰਗ ਹੀਰੋ ਹੋਵੇ ਸਾਹਮਣੇ ਪ੍ਰੋਡਿਊਸਰ ਬੈਠੇ ਹੁਣ ਵੈਸੇ ਬੋਲਣ ਜੀ ਨਹੀਂ ਕਰਦਾ ਨਹੀਂ ਨਹੀਂ ਜਦੋਂ ਰਾਜੀਵ ਠਾਕੁਰ ਜੀ ਬੋਲਦੇ ਨੇ ਤਾਂ ਜੇ ਨਾ ਬੋਲਣ ਫਿਰ ਕੰਮ ਹੀ ਨਹੀਂ ਚੱਲਣਾ ਪੰਜਾਬ ਦਾ ਚਲੋ ਮੈਂ ਦੇਖੋ ਤੁਹਾਡੇ ਨਾਲ ਕਵਿਤਾ ਇੱਦਾਂ ਨਾ ਆਪਣਾ ਟਾਈਮ ਪਾਸ ਕਰ ਰਹੀ ਹੈ ਮੇਰੇ ਨਾਲ ਗੱਲ ਹੀ ਕੋਈ ਨਹੀਂ ਕਰ ਰਿਹਾ ਨਹੀਂ ਨਹੀਂ ਐਸਾ ਕੁਝ ਨਹੀਂ ਜਹਾਂ ਤੀਨ ਧੁਰੰਧਰ ਮਿਲ ਜਾਏ ਤੋ ਅਗਲੇ ਕੋ ਨਾ ਬੈਠ ਕੇ ਸਿਰਫ ਇੰਜੋਏ ਕਰਨਾ ਚਾਹੀਏ ਜੈਸੇ ਆਪ ਲੋਗ ਇੰਜੋਏ ਕਰ ਰਹੇ ਹੈ ਵੈਸੇ ਹੀ ਮੈਂ ਇਨਕੀ ਸ਼ਰਾਰਤੇ ਬਹੁਤ ਇੰਜੋਏ ਕਰ ਰਹੀ ਹੂੰ ਕੌਣ ਇਸਮੇ ਬੀਚ ਮੇ ਕੁਛ ਘੁਸ ਕੇ ਪੰਗਾ ਪਾਏ ਪਤਾ ਲੱਗੇ ਮੇਰਾ ਹੀ ਪ੍ਰੈਂਕ ਬਣਾ ਦੇਣਗੇ ਇਹ ਲੋਕ ਨਹੀਂ ਨਹੀਂ ਮੈਂ ਪ੍ਰੋਮਿਸ ਕਰਦਾ ਪ੍ਰਿੰਕਾ ਤੇਰਾ ਕੋਈ ਪ੍ਰੈਂਕ ਨਹੀਂ ਬਣਾਉਂਗਾ ਇਹ ਪ੍ਰਿੰਕਾ ਕੌਣ ਹੈ ਇਹ ਦੱਸਿਆ ਜਾਵੇ ਓ ਮਾਈ ਗੋਡ ਪ੍ਰਿੰਕਾ ਦਾ ਨਾਮ ਵੀ ਨਿਕਲ ਆਇਆ ਸੀ ਓ ਮਾਈ ਗੋਡ ਆਈ ਐਮ ਸੌਰੀ ਪ੍ਰਿੰਕਾ ਸੌਰੀ ਯਾਰ ਕਿੱਥੇ ਹੈ ਨਹੀਂ ਤੂੰ ਨਹੀਂ ਮਾਰਾ ਇਸ ਸਾਲ ਨਾ ਤਲਾਕ ਪੱਕਾ ਹੈ ਮੈਂ ਕਈ ਸਾਲੋਂ ਸੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਗੱਲ ਸੁਣੋ ਮੈਂ ਮੰਨਣਾ ਤਲਾਕ ਪੱਕਾ ਹੈ ਪਰ ਉਦੋਂ ਬਾਅਦ ਦੱਸੋ ਕਹਿੰਦੇ ਇੱਥੋਂ ਤੱਕ ਤੇ ਮੈਨੂੰ ਪੰਡਤਾਂ ਵੀ ਨਹੀਂ ਦੱਸਿਆ ਉਸ ਤੋਂ ਅੱਗੇ ਨਹੀਂ ਦੱਸਦਾ ਨਹੀਂ ਕਵਿਤਾ ਜਦੋਂ ਤੁਸੀਂ ਇਹਨਾਂ ਨੇ ਐਫ ਆਈ ਆਰ ਸੀਰੀਅਲ ਕੀਤਾ ਕਿ ਮਤਲਬ 1200 ਐਪੀਸੋਡ ਹੋਇਆ ਹੋਊਗਾ ਆਈ ਥਿੰਕ ਸੋ 1475 ਇੰਨੇ ਯਾਦ ਹੈ ਇਹ ਮਤਲਬ ਪੈਸੇ ਗਿਣੇ ਸੀ ਨਾਲ ਨਾਲ ਵੀ ਇੰਨੇ ਆਏ 1475 ਨਹੀਂ ਯਾਰ ਤਬ ਤੋ ਰਾਜੀਵ ਇਤਨੇ ਆਤੇ ਥੇ ਕਿ ਗਿਨੀ ਨਹੀਂ ਪਾਤੀ ਥੀ ਓ ਮਾਈ ਗੋਡ ਅਬ ਅੱਜ ਕੱਲ ਦੇਖੋ ਪਤਾ ਕੀ ਹੁੰਦਾ ਉਹਨਾਂ ਨੇ ਦੇਖੋ ਜਦੋਂ ਉਹਨਾਂ ਕੋਲ ਗਿਨੇ ਨਹੀਂ ਜਾਂਦੇ ਨਾ ਤੇ ਉਹਨਾਂ ਨੇ ਬਾਈਲਰਸ ਬਣਾ ਕੇ ਅੱਗ ਲਾ ਲਈ ਤੇ ਤੁਸੀਂ ਇਦਾਂ ਦਾ ਕੁਝ ਕਰ ਲੈਣਾ ਸੀ ਉਸ ਵਕਤ ਮਤਲਬ ਕੁਝ ਅੱਛਾ ਹਿੰਦੀ ਮੈਂ ਥੋੜੀ ਮੇਰੇ ਕੋ ਮੈਂ ਮਿਕਸ ਕਰਨੀ ਪੜੇਗੀ ਗੱਲ ਆਪਨੇ ਐਫ ਆਈ ਆਰ ਕੀਤਾ ਅਬ ਇੰਗਲਿਸ਼ ਮੇ ਆ ਗਏ ਮੈਂ ਫਸਾਨੇ ਆਏ ਯਹਾਂ ਪੇ ਆ ਮੈਂ ਬੜੀ ਮੁਸ਼ਕਿਲ ਸੇ ਹਿੰਦੀ ਮੇ ਆ ਰਹਾ ਹੂੰ ਜੋ ਇਹਨਾਂ ਨੇ ਐਫ ਆਈ ਆਰ ਮੇ ਚੀਬ ਕਾਢੇ ਹੈ ਨਾ ਹਾਏ ਹਾਏ ਪੂਰੀ ਤਸੱਲੀ ਕਰਾ ਦਿੱਤੀ ਔਰ
मैं इन्हें पूछ रही थी क्या की तुमने वो चीप गाड़े चीप तुमने वो जो डंडे Are you calling me cheap? आप ऐसे डंडा लेती थी और जो आता था तो उसके जो आप तशरीफ पे भक तो उसके वहां जो चीप पड़ता था हाँ उसे बोलते थे That is home. वो तो मैंने काटे हैं। काटे हैं ना? हाँ, ये काटे हैं इन्होंने। हिंदी टीवी पे ये जल्दी से अवेलेबल नहीं मिलती हैं। जो भी इनके पास जाता है यार कविता की यहाँ तो डेट नहीं मिल रही या कविता पैसे बड़े मांग रही है तो इतना मतलब सब हो गया पॉपुलर आप पूरे वर्ल्ड में उसके बाद ऐसा क्या मतलब सूझा कि पंजाबी फिल्म करनी है एक्चुअली पंजाब एक तो बहुत ही कमाल कमाल के लोग हैं इतनी हॉस्पिटैलिटी है बाहें ऐसे खोलते हैं अपना बना लेते हैं नहीं मैं हाय हाय मैंने क्या बोल दिया नहीं नहीं मैं चेंज करती हूँ पंजाबी हर जगह है पूरे वर्ल्ड में करेक्ट तो जब तक आप पंजाबी पिक्चर नहीं करते ना तब तक आप पूरी तरह से वर्ल्ड वाइड हिट नहीं होते ਭਾਜੀ ਅਸੀਂ ਇੱਕ ਸ਼ੋਅ ਇਕੱਠੇ ਕੀਤਾ ਸੀਗਾ ਹਾਲਾਂਕਿ ਤੁਸੀਂ ਉਸ ਤੋਂ ਪਹਿਲਾਂ ਦੇ MH1 ਤੇ ਆ ਰਹੇ ਸੀਗੇ ਔਰ ਮੈਨੂੰ ਯਾਦ ਹੈ ਕਿ ਭਗਵੰਤ ਭਾਜੀ ਦੀ ਟੀਮ 'ਚ ਇਹ ਹੁੰਦੇ ਸੀ ਅਤੇ ਉਦੋਂ ਬੀਨੂ ਢਿੱਲੋਂ ਐਜ ਬੀਨੂ ਢਿੱਲੋਂ ਲੋਕ ਨਹੀਂ ਸੀ ਜਾਣਦੇ ਕਰਮਜੀਤ ਅਨਮੋਲ ਉਦੋਂ ਸਾਰੇ ਕਹਿੰਦੇ ਸੀ ਇਹ ਭਗਵੰਤ ਦੇ ਮੁੰਡੇ ਭਗਵੰਤ ਮਾਨ ਨਾਲ ਹਾਂਜੀ ਕਹਿੰਦੇ ਇਹ ਮੁੰਡੇ ਭਗਵੰਤ ਮਾਨ ਨਾਲ ਹੁੰਦੇ ਭਗਵੰਤ ਮਾਨ ਸਾਹਿਬ ਨਾਲ ਬੜਾ ਕੰਮ ਕੀਤਾ ਸੋ ਉਸ ਤੋਂ ਬਾਅਦ ਇੱਕ ਸ਼ੋਅ ਅਸੀਂ ਵੀ ਇਕੱਠੇ ਕੀਤਾ ਸੀਗਾ ਅਤੇ ਮੈਂ ਥੋੜ੍ਹੀਆਂ ਜਿਹੀਆਂ ਮੈਮਰੀਜ਼ ਆਪਾਂ ਚਲੀਏ ਵਾਪਸ ਬਿਲਕੁਲ 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 ਇੱਕ ਮਿੰਟ ਮੈਂ ਹੱਸਦੇ ਹਸਾਉਂਦੇ ਰਹੋ ਹੱਸਦੇ ਹਸਾਉਂਦੇ ਰਹੋ MH1 ਦੇ ਜੀ ਇਹ ਬਿਲਕੁਲ ਮੈਂ ਇਹਨਾਂ ਦੀ ਗੱਲ ਕਰ ਰਿਹਾ ਜਿਹੜੇ ਚਿੱਟੇ ਕਪੜੇ ਪਾਈ ਬੈਠੇ ਨੇ ਬੰਗਲਾ ਬਣੀ ਬੈਠੇ ਨੇ ਹਾਂ ਸਮਝ ਨਹੀਂ ਆ ਰਿਹਾ ਇਹਨਾਂ ਦੀ ਹੱਥ ਲਾ ਕੇ ਦੱਸ ਦੇਣਾ ਇਹਨਾਂ ਦੀ ਗੱਲ ਕਰ ਰਿਹਾ ਵੈਸੇ ਇਹਨਾਂ ਨੂੰ ਹੱਥ ਲਾਏ ਮੈਲੇ ਹੁੰਦੇ ਨੇ ਹੁਣ ਤੁਸੀਂ ਪੁੱਛੋਗੇ ਕੀ ਮੈਲਾ ਹੁੰਦਾ ਕੱਪੜੇ 'ਚ ਹੱਥ ਬਿਲਕੁਲ ਓਬਵੀਅਸ ਹੈ ਹੱਥ ਮੈਲੇ ਹੁੰਦੇ ਨੇ ਇਹਨਾਂ ਦਾ ਨਾਮ ਹੈ ਗੁਨੀ ਰਾਮਜੀ ਠਗਿਆ ਤਾੜੀਆਂ ਮਾਰੋ ਆ ਲਓ ਹਾਰ ਪਾਓ ਆਪਣੇ ਗੱਲ ਦੇ ਵਿੱਚ ਗੌਰ ਫਰਮਾਨਾ ਜੀ ਇਰਸ਼ਾਦ ਕਹਿੰਦੇ ਬਾਣੀਆਂ ਦਿਮਾਗ ਹੋਵੇ ਦਿਮਾਗ ਹੱਟੀ ਤੇ ਗਾਹਕ ਹੋਵੇ ਤੇ ਗਾਹਕ ਨਾਲ ਜਵਾਕ ਹੋਵੇ ਵਾਹ ਦੇਖੋ ਸੋਚ ਦੇਖੋ ਸ਼ਾਇਰ ਬਹੁਤ ਕਮਾਲ ਹੈ ਕਮਾਲ ਵਾਹ ਫਿਰ ਦੁਕਾਨਦਾਰ ਦੋਵੇਂ ਹੱਥਾਂ ਨਾਲ ਨੋਟ ਫੜਦਾ ਹੈ ਤੇ ਫਿਰ ਅੱਗੇ ਅੱਗੇ ਕੀ ਅੱਗੇ ਇਹਨਾਂ ਨੂੰ ਠੱਗੀ ਮਾਰੇ ਬਿਨਾਂ ਕਾਹਨੂੰ ਫੜਦਾ ਹੈ ਠੱਗੀ ਮਾਰੇ ਬਿਨਾਂ ਕਾਹਨੂੰ ਫੜਦਾ ਵਾਹ 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 ਫਟ 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 ਭਈਆ ਕਮਾਲ ਕਰਦੇ ਹੋ ਭੈਣ ਜੀ ਭਈਆ ਨਾ ਜਦੋਂ ਚੰਗਾ ਭਲਾ ਸਰਦਾਰ ਤੁਹਾਡੇ ਸਾਹਮਣੇ ਬੈਠਾ ਓ ਮੈਂ ਤੈਨੂੰ ਹੀ ਬੁਲਾਨੀ ਆ ਆ ਦੇਖ ਲਓ ਜੀ ਚੰਗਾ ਭਲਾ ਸਰਦਾਰ ਮੇਰੇ ਦਾੜੀ ਵੀ ਲੱਗੀ ਹੋਈ ਹੈ ਫਿਰ ਵੀ ਪਤਾ ਨਹੀਂ ਸਾਨੂੰ ਲੋਕ ਸਰਦਾਰ ਕਿਉਂ ਨਹੀਂ ਸਮਝਦੇ ਯਾਰ ਤੁਮ ਦੋਨੋਂ ਕਿਤਨੇ ਮੋਟੇ ਥੇ हाँ हाँ फिटनेस का क्या राज है फिटनेस नहीं है प्रोड्यूसर हो गए कमजोर हो गए हैं पहले दूसरों का पैसा खा खा के मोटे थे अभी दूसरों को पैसा दे दे के राइट करेक्ट पर भाजी किद्दां दा लगदा कि यही MH1 ते इत्थे आ के पिछे डरे रहना परफॉर्म करने लई याद है मैनू कि एक्ट दा हाए किद्दां दा जाऊगा सो अज उस स्टेज दे उत्ते ਸੁਪਰਸਟਾਰਸ ਨਹੀਂ ਨਹੀਂ ਬਾਬੇ ਦੀ ਕਿਰਪਾ ਨਾਲ ਆਪ ਸਭ ਦੇ ਉਸ ਨਾਲ ਹੈ ਜੀ ਐਕਚੁਅਲੀ MH1 ਇੱਕ ਇਹੋ ਜਿਹਾ ਪਲੇਟਫਾਰਮ ਹੈ ਰਜੀਵ ਜੀ ਘੁੱਗੀ ਸਾਹਿਬ ਨਾਲ ਬੜਾ ਕੰਮ ਕੀਤਾ ਸਟੇਜ ਪਲੇਸ ਬੜੇ ਕੀਤੇ ਹੈ ਭਗਵੰਤ ਮਾਨ ਸਾਹਿਬ ਉਹਨਾਂ ਨਾਲ ਬੜਾ ਕੰਮ ਕੀਤਾ ਜੁਗਨੂੰ ਹਾਜ਼ਰ ਹੈ ਜੁਗਨੂੰ ਮਸਤ ਮਸਤ ਹੈ ਨਾ ਜੀ ਪਰ ਅਸੀਂ ਸਾਰੇ ਜਣੇ ਇਸ ਨਾਂ ਤੋਂ ਜਾਣੇ ਜਾਂਦੇ ਸੀ ਵੀ ਭਗਵੰਤ ਮਾਨ ਸਾਹਿਬ ਉਹਨਾਂ ਨਾਲ ਮੁੰਡੇ ਜਿਹੜੇ ਆਉਂਦੇ ਆ ਉਹ ਹੈ ਇਹ ਜੀ ਜੀ ਪਰ MH1 ਨੇ ਸਾਨੂੰ ਸਾਡਾ ਨਾਂ ਦਿੱਤਾ ਬਿੰਨੂ ਢਿੱਲੋਂ ਜਦੋਂ ਹੱਸਦੇ ਹਸਾਉਂਦੇ ਰਹੋ ਅਸੀਂ ਸ਼ੁਰੂ ਕੀਤਾ ਇੱਥੇ MH1 ਤੇ ਤਾਂ ਉਦੋਂ ਕਰਮਜੀਤ ਅਨਮੋਲ ਬਣਿਆ ਭਗਵੰਤ ਮਾਨ ਦੇ ਨਾਲ ਮੁੰਡੇ ਜਿਹੜੇ ਆਉਂਦੇ ਸੀ ਉਹਨਾਂ ਤੋਂ ਤੇ ਮੈਂ ਬਿੰਨੂ ਢਿੱਲੋਂ ਬਣਿਆ ਤੋਂ MH1 ਦਾ ਬੜਾ ਸ਼ੁਕਰੀਆ ਅਦਾ ਕਰਦਾ ਬਹੁਤ ਵਧੀਆ ਲੱਗਦਾ ਤੇ ਇੱਕ ਇੱਕ ਮੇਰੇ ਕਿੱਸਾ ਯਾਦ ਆਉਂਦਾ ਵੈਸੇ ਜੇ ਤੁਸੀਂ MH1 ਨਾਲ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਬਿਲਕੁਲ 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 ਸੁਣਾ ਸਕਦਾ ਵੈਸੇ ਬਿਲਕੁਲ ਬਿਲਕੁਲ ਸਰ ਤਾਂ ਬੜਾ ਵਧੀਆ ਮਾਹੌਲ ਹੁੰਦਾ ਸੀਗਾ ਇੱਥੇ ਸ਼ਾਮ ਨੂੰ ਸਾਨੂੰ ਇੱਥੇ ਰਹਿੰਦੇ ਹੁੰਦੇ ਸੀ ਇੱਥੇ ਰਹਿੰਦੇ MH1 ਦਾ ਜਿਹੜਾ ਰਿਜ਼ੋਰਟ ਹੈ ਉੱਥੇ ਅਸੀਂ ਰਹਿੰਦੇ ਸੀਗੇ ਤੇ ਸ਼ਾਮ ਨੂੰ ਬੈਠੇ ਸਾਰੇ ਖਾਣ ਪੀਣ ਦਾ ਟਾਈਮ ਹੋਇਆ ਤੇ ਮੈਂ ਜਾ ਕੇ ਮੰਡ ਸੀਗਾ ਸਾਡੇ ਨਾਲ ਜਿਹੜਾ ਰਾਈਟਰ ਸੀਗਾ ਸਕ੍ਰਿਪਟ ਰਾਈਟਰ ਮੈਂ ਉਹਨੂੰ ਕਿਹਾ ਰੂਮ 'ਚ ਬੈਠੇ ਮੈਂ ਜਾ ਕੇ 4 ਅੰਨਿਆਂ ਦੀ ਭੁਰਜੀ ਇੱਕ ਸੈਲਡ ਤੇ 4-5 ਗਲਾਸ ਕਹਿ ਦੇ ਉਹ ਗਿਆ ਵਾਪਸ ਮੁੜਿਆ ਕਹਿੰਦਾ ਉਹ ਨਹੀਂ ਦਿੰਦਾ ਕਹਿੰਦਾ ਉਹਨਾਂ ਨੇ ਮਨਾ ਕੀਤਾ ਉਹਨੇ ਨਹੀਂ ਦੇਣੇ ਮੈਂ ਕਿਹਾ ਉਹਰੇ ਬੁਲਾ ਕੇ ਲਿਆ ਫਟਾਫਟ ਮੇਰੇ ਕੋਲ ਲਿਆ ਮੈਂ ਉਹ ਫਿਰ ਗਿਆ ਉਹਨੂੰ ਲੈ ਕੇ ਆਇਆ ਨਾਲ ਮੈਂ ਕਿਹਾ ਗੱਲ ਸੁਣੋ 4 ਅੰਨਿਆਂ ਦੀ ਭੁਰਜੀ ਹੋਣੀ ਸੈਲਡ ਤੇ 4 ਗਲਾਸ ਲੈ ਕੇ ਆ ਉਹਨੇ ਮੇਰਾ ਕੌਨਫੀਡੈਂਸ ਦੇਖ ਕੇ ਜਾਣ ਲੱਗਿਆ ਕਹਿੰਦਾ ਠੀਕ ਹੈ ਸਾਹਿਬ ਕਰ ਪਰ ਕਹਿੰਦਾ ਸਾਹਿਬ ਆਪ ਕੌਣ ਮੈਂ ਕਿਹਾ ਮੈਨੂੰ ਕਰਮਜੀਤ ਅਨਮੋਲ ਕਹਿੰਦੇ ਨੇ ਦੂਜੇ ਦਿਨ ਇਹਨੂੰ ਚੈਨਲ 'ਤੇ ਕੋਈ ਬੁਲਾਵੇ ਨਾ ਮੇਰੇ ਨਾਲ ਸਾਰੇ ਠੀਕ
Domino's Comedy House, brought to you by Domino's Pizza. Domino's everyday value starting at just ₹99. Powered by Pure Roots Herbals. Pure Roots Protein Shampoo, jisse baal bane mazboot, sundar aur ghane.